ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦਾ ਸਾਡਾ ਚਰਚਾ ਦਾ ਵਿਸ਼ਾ ਹੈ ਐਕਟੋਪਿਕ ਪ੍ਰੈਗਨੈਂਸੀ। ਐਕਟੋਪਿਕ ਪ੍ਰੈਗਨੈਂਸੀ ਦਾ ਮਤਲਬ ਆਪਣੇ ਆਪ ਵਿੱਚ ਹੀ ਸਪਸ਼ਟ ਹੈ। ਐਕਟੋਪਿਕ ਦਾ ਮਤਲਬ ਹੈ ਆਪਣੀ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਹੋਣਾ। ਆਮ ਕਰਕੇ ਪ੍ਰੈਗਨੈਂਸੀ ਜਿਹੜੀ ਹੈਗੀ ਉਹ ਬੱਚੇਦਾਨੀ ਦੇ ਅੰਦਰ ਹੁੰਦੀ ਹੈ। ਜੇ ਉਸ ਤੋਂ ਇਲਾਵਾ ਕਿਸੇ ਵੀ ਹੋਰ ਜਗ੍ਹਾ 'ਤੇ ਹੋ ਜਾਏ ਤਾਂ ਉਹਨੂੰ ਅਸੀਂ ਐਕਟੋਪਿਕ ਪ੍ਰੈਗਨੈਂਸੀ ਕਹਿੰਦੇ ਹਾਂ। ਜ਼ਿਆਦਾਤਰ ਇਹ ਟਿਊਬਾਂ ਵਿੱਚ ਹੋ ਸਕਦੀ ਹੈ। 99% ਤੱਕ ਜਿਹੜੇ ਚਾਂਸਿਸ ਹੈਗੇ ਕਿ ਉਹ ਟਿਊਬਾਂ ਵਿੱਚ ਹੋ ਜਾਂਦੀ ਹੈ ਅਤੇ ਟਿਊਬਾਂ ਵਿੱਚ ਪ੍ਰੈਗਨੈਂਸੀ ਜਿਹੜੀ ਹੈਗੀ ਉਹ ਬਹੁਤੀ ਦੇਰ ਤੱਕ ਸਰਵਾਈਵ ਨਹੀਂ ਕਰ ਸਕਦੀ। ਤਾਂ 6 ਤੋਂ ਲੈ ਕੇ ਅਤੇ 8-10 ਹਫ਼ਤੇ ਤੱਕ ਉਹਦੇ ਫਟਣ ਦਾ ਰਿਸਕ ਰਹਿੰਦਾ ਹੈ, ਕਿਉਂਕਿ ਜਿਹੜੀ ਟਿਊਬ ਹੈ ਉਹ ਬੱਚੇਦਾਨੀ ਤੋਂ ਕਾਫੀ ਜ਼ਿਆਦਾ ਛੋਟੀ ਅਤੇ ਪਤਲੀ ਹੁੰਦੀ ਹੈ। ਹੁਣ ਐਕਟੋਪਿਕ ਪ੍ਰੈਗਨੈਂਸੀ ਦੇ ਪੇਸ਼ੈਂਟਸ ਜਿਹੜੇ ਆ ਉਹ ਬਹੁਤ ਵਾਰੀ ਸਾਨੂੰ ਪੁੱਛਦੇ ਆ ਕਿ ਇਹ ਐਕਟੋਪਿਕ ਪ੍ਰੈਗਨੈਂਸੀ ਮੈਨੂੰ ਕਿਉਂ ਹੋ ਗਈ। ਇਸ ਦੇ ਮਲਟੀਪਲ ਰੀਜ਼ਨਸ ਹਨ। ਸਭ ਤੋਂ ਜ਼ਿਆਦਾ ਕੋਮਨ ਰੀਜ਼ਨ ਇਨਫੈਕਸ਼ਨ ਹੈ। ਜਦੋਂ ਵੀ ਟਿਊਬਾਂ ਦੀ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਉਹਨਾਂ ਦੇ ਅੰਦਰ ਅਡੀਜ਼ਨਸ ਬਣ ਜਾਂਦੀਆਂ ਹਨ। ਅਡੀਜ਼ਨਸ ਦਾ ਮਤਲਬ ਹੈ ਕਿ ਉਹ ਥੋੜ੍ਹੇ ਥੋੜ੍ਹੇ ਆਪਸ ਵਿੱਚ ਜੁੜ ਜਾਂਦੇ ਹਨ। ਤਾਂ ਜਦੋਂ ਫਰਟੀਲਾਈਜੇਸ਼ਨ ਹੋ ਕੇ ਐਮਬਰੀਓ ਬਣਦਾ ਹੈ ਤਾਂ ਐਮਬਰੀਓ ਤਾਂ ਬਣ ਜਾਂਦਾ ਹੈ, ਪਰ ਜਦੋਂ ਉਹ ਬੱਚੇਦਾਨੀ ਵੱਲ ਵਾਪਸ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਰਸਤੇ ਵਿੱਚ ਕਿਤੇ ਅਟਕ ਜਾਂਦਾ ਹੈ ਅਤੇ ਉੱਥੇ ਹੀ ਇੰਪਲਾਂਟ ਕਰ ਜਾਂਦਾ ਹੈ। ਜਦੋਂ ਇਹ ਥੋੜ੍ਹਾ ਥੋੜ੍ਹਾ ਵੱਡਾ ਹੁੰਦਾ ਹੈ ਤਾਂ ਹੌਲੀ ਹੌਲੀ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਦਰਦ ਹੁੰਦੀ ਹੈ, ਦਰਦ ਦੇ ਨਾਲ ਥੋੜ੍ਹੀ ਥੋੜ੍ਹੀ ਬਲੀਡਿੰਗ ਪ੍ਰੋਬਲਮ ਹੁੰਦੀ ਹੈ, ਕਈ ਵਾਰੀ ਫੇਂਟਿੰਗ ਦੀ ਫੀਲਿੰਗ ਵੀ ਆਉਂਦੀ ਹੈ ਅਤੇ ਉਹਦੇ ਤੋਂ ਪਤਾ ਲੱਗਦਾ ਹੈ ਕਿ ਟਿਊਬ ਵਿੱਚ ਪ੍ਰੈਗਨੈਂਸੀ ਹੋ ਗਈ ਹੈ। ਹੁਣ 100 ਵਿੱਚੋਂ ਕੋਈ 1 ਜਾਂ 2% ਲੇਡੀਜ਼ ਨੂੰ ਐਕਟੋਪਿਕ ਪ੍ਰੈਗਨੈਂਸੀ ਹੋਣ ਦਾ ਰਿਸਕ ਹੈ। ਜਦੋਂ ਐਕਟੋਪਿਕ ਪ੍ਰੈਗਨੈਂਸੀ ਇੱਕ ਵਾਰੀ ਹੋ ਗਈ ਤਾਂ ਦੁਬਾਰਾ ਵੀ ਐਕਟੋਪਿਕ ਪ੍ਰੈਗਨੈਂਸੀ ਹੋਣ ਦਾ ਕਾਫੀ ਜ਼ਿਆਦਾ ਚਾਂਸ ਹੁੰਦਾ ਹੈ, ਕਿਉਂਕਿ ਜਦੋਂ ਇਨਫੈਕਸ਼ਨ ਹੁੰਦੀ ਹੈ ਉੱਥੋਂ ਕਈ ਵਾਰੀ ਦੋਨੋਂ ਟਿਊਬਾਂ ਨੂੰ ਅਫੈਕਟ ਕਰਦੀ ਹੈ। ਹੁਣ ਐਕਟੋਪਿਕ ਪ੍ਰੈਗਨੈਂਸੀ ਦੇ ਵਿੱਚ ਜਿਹੜੇ ਆਮ ਕਰਕੇ ਸਿਮਟਮਸ ਹੈ ਉਹ ਦਰਦ ਹੋਣਾ, ਬਲੀਡਿੰਗ ਹੋਣਾ, ਇਹ ਸਭ ਹਨ। ਇਸ ਕਰਕੇ ਅਸੀਂ ਯੂਨੀਵਰਸਲੀ ਹਰ ਪੇਸ਼ੈਂਟ ਨੂੰ ਸੁਜੈਸਟ ਕਰਦੇ ਹਾਂ ਕਿ ਉਹ 6 ਹਫ਼ਤੇ 'ਤੇ ਜਾਂ 7 ਹਫ਼ਤੇ 'ਤੇ ਆਪਣਾ ਇੱਕ ਸਕੈਨ ਕਰਵਾਏ, ਜਿਹਦੇ ਨਾਲ ਪਤਾ ਲੱਗੇ ਕਿ ਬੱਚੇਦਾਨੀ ਦੇ ਵਿੱਚ ਇੰਪਲਾਂਟੇਸ਼ਨ ਹੋਈ ਹੈ ਜਾਂ ਬਾਹਰ ਹੋਈ ਹੈ। ਕੁਛ ਪੇਸ਼ੈਂਟ ਪ੍ਰੈਫਰ ਨਹੀਂ ਕਰਦੇ ਕਿ ਇੰਨੀ ਛੇਤੀ ਅਸੀਂ ਸਕੈਨ ਨਹੀਂ ਕਰਾਉਣਾ, ਸਕੈਨ ਦਾ ਕਿਤੇ ਸਾਡੀ ਪ੍ਰੈਗਨੈਂਸੀ ਦੇ ਉੱਤੇ ਅਸਰ ਨਾ ਹੋਵੇ, ਇੱਦਾਂ ਸੋਚਣਾ ਗਲਤ ਹੈ। ਜਿਹੜਾ ਅਲਟਰਾਸਾਊਂਡ ਹੈ ਉਹਦੀਆਂ ਜਿਹੜੀਆਂ ਰੇਡੀਏਸ਼ਨਸ ਨੇ ਉਹ ਪ੍ਰੈਗਨੈਂਸੀ ਵਿੱਚ ਕਾਫੀ ਸੇਫ ਹੁੰਦੀਆਂ ਹਨ, ਇਸ ਲਈ ਬਾਰ ਬਾਰ ਅਲਟਰਾਸਾਊਂਡ ਕਰਨ ਨਾਲ ਪ੍ਰੈਗਨੈਂਸੀ 'ਤੇ ਕੋਈ ਖਾਸ ਅਸਰ ਨਹੀਂ ਹੁੰਦਾ। ਸੋ 6 ਤੋਂ 7 ਹਫ਼ਤੇ 'ਤੇ ਪਹਿਲਾ ਸਕੈਨ ਹੋਣਾ ਚਾਹੀਦਾ ਪਤਾ ਲਗਾਉਣ ਲਈ ਕਿ ਇਹ ਜਿਹੜੀ ਪ੍ਰੈਗਨੈਂਸੀ ਹੈ ਇਹ ਬੱਚੇਦਾਨੀ ਦੇ ਅੰਦਰ ਹੈ ਜਾਂ ਬਾਹਰ ਹੈ। ਕਈ ਵਾਰੀ ਸਾਨੂੰ ਅਲਟਰਾਸਾਊਂਡ ਕਰਨ 'ਤੇ ਪਤਾ ਹੀ ਨਹੀਂ ਲੱਗਦਾ ਕਿ ਪ੍ਰੈਗਨੈਂਸੀ ਕਿੱਥੇ ਹੈ। ਇਸ ਕੇਸ ਵਿੱਚ ਫੋਲੋ ਅਪ ਹੋਣਾ ਬਹੁਤ ਜ਼ਰੂਰੀ ਹੈ। ਹੁਣ IVF ਵਿੱਚ ਵੀ ਐਕਟੋਪਿਕ ਹੋਣ ਦਾ ਰਿਸਕ ਹੁੰਦਾ। ਬਹੁਤ ਪੇਸ਼ੈਂਟ ਪੁੱਛਦੇ ਨੇ ਕਿ ਤੁਸੀਂ ਤਾਂ ਐਮਬਰੀਓ ਬੱਚੇਦਾਨੀ ਦੇ ਅੰਦਰ ਰੱਖ ਦਿੱਤਾ ਅਤੇ ਇਹ ਫਿਰ ਹੁਣ ਟਿਊਬ ਵਿੱਚ ਕਿੱਦਾਂ ਚਲਾ ਗਿਆ। ਇਹਦੇ 2 ਕਾਰਨ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਐਮਬਰੀਓ ਇਕੱਲਾ ਨਹੀਂ ਪਾਇਆ ਜਾਂਦਾ, ਐਮਬਰੀਓ ਕੁਛ ਮੀਡੀਆ ਦੇ ਨਾਲ ਪਾਇਆ ਜਾਂਦਾ ਹੈ, ਇਸ ਲਈ ਐਮਬਰੀਓ ਮੀਡੀਆ ਵਿੱਚ ਸਵਿਮ ਕਰਦਾ ਰਹਿੰਦਾ ਅਤੇ ਕਈ ਵਾਰੀ ਉਹ ਛੋਟਾ ਹੁੰਦਾ ਹੈ ਤਾਂ ਟਿਊਬ ਵਿੱਚ ਚਲਾ ਜਾਂਦਾ, ਪਰ ਜਦੋਂ ਉਹ ਵਾਪਸ ਬੱਚੇਦਾਨੀ ਵੱਲ ਆਉਣ ਲੱਗਦਾ ਤਾਂ ਕੋਈ ਰੁਕਾਵਟ ਹੋਣ ਕਰਕੇ ਉਹ ਬੱਚੇਦਾਨੀ ਵਿੱਚ ਵਾਪਸ ਆ ਨਹੀਂ ਸਕਦਾ। ਕੋਈ ਵੀ ਪੇਸ਼ੈਂਟ ਜਿਹਦੀ ਪਹਿਲੇ ਐਕਟੋਪਿਕ ਪ੍ਰੈਗਨੈਂਸੀ ਹੋਈ ਹੋਈ ਹੈ ਜਾਂ 1 ਟਿਊਬ 'ਚ ਜਾਂ 2 ਟਿਊਬਾਂ 'ਚ ਅਤੇ ਅਸੀਂ ਉਸ ਤੋਂ ਬਾਅਦ ਉਹਦਾ IVF ਕਰ ਰਹੇ ਹਾਂ, ਤਾਂ ਅਸੀਂ ਕੁਝ ਪ੍ਰੀਕੋਸ਼ਨਸ ਲੈਂਦੇ ਹਾਂ IVF ਦੇ ਦੌਰਾਨ ਕਿ ਇਹਨੂੰ ਦੁਬਾਰਾ ਐਕਟੋਪਿਕ ਪ੍ਰੈਗਨੈਂਸੀ ਨਾ ਹੋਵੇ। ਉਹਦੇ ਵਿੱਚ 2 ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ ਹੈ। ਇੱਕ ਤਾਂ ਅਸੀਂ ਥੋੜ੍ਹਾ ਲੋ ਟ੍ਰਾਂਸਫਰ ਕਰਦੇ ਹਾਂ। ਲੋ ਟ੍ਰਾਂਸਫਰ ਦਾ ਮਤਲਬ ਹੈ ਕਿ ਨੋਰਮਲੀ ਅਸੀਂ ਬੱਚੇਦਾਨੀ ਵਿੱਚ ਜਿੱਥੇ ਐਮਬਰੀਓਜ਼ ਪਾਉਂਦੇ ਹਾਂ ਉਸ ਤੋਂ ਥੋੜ੍ਹੇ ਨੀਚੇ ਰੱਖਦੇ ਹਾਂ, ਅਤੇ ਦੂਸਰਾ ਅਸੀਂ ਉਹਦੇ ਵਿੱਚ ਫਲੂਇਡ ਥੋੜ੍ਹਾ ਘੱਟ ਲੈਂਦੇ ਹਾਂ। ਜਿੱਦਾਂ ਆਮ ਕਰਕੇ 25 ਤੋਂ 30 ਮਾਈਕਰੋਲੀਟਰ ਫਲੂਇਡ ਲਿਆ ਜਾਂਦਾ ਹੈ, ਤਾਂ ਐਕਟੋਪਿਕ ਪ੍ਰੈਗਨੈਂਸੀ ਦੇ ਪੇਸ਼ੈਂਟ ਵਿੱਚ 15-20 ਮਾਈਕਰੋਲੀਟਰ ਤੱਕ ਫਲੂਇਡ ਲਿਆ ਜਾਂਦਾ ਹੈ, ਤਾਂ ਕਿ ਬਹੁਤ ਜ਼ਿਆਦਾ ਫਲੂਇਡ ਹੋਵੇ ਹੀ ਨਾ ਜਿਹਦੇ ਨਾਲ ਐਮਬਰੀਓ ਸਵਿਮ ਕਰਕੇ ਟਿਊਬ ਤੱਕ ਚਲਾ ਜਾਏ। ਹੁਣ ਐਕਟੋਪਿਕ ਪ੍ਰੈਗਨੈਂਸੀ ਜਿਹੜੀ ਹੈਗੀ ਹੈ ਉਹ ਅਰਲੀ ਡਾਇਗਨੋਸਿਸ ਹੀ ਇਹਦਾ ਕ੍ਰਕਸ ਹੈ। ਜੇ ਸਾਨੂੰ ਟਾਈਮ ਤੋਂ ਪਹਿਲੇ ਪਤਾ ਲੱਗ ਜਾਏ ਕਿ ਇਹ ਐਕਟੋਪਿਕ ਪ੍ਰੈਗਨੈਂਸੀ ਹੈ ਤਾਂ ਅਸੀਂ ਉਹਨੂੰ ਫਟਣ ਹੀ ਨਹੀਂ ਦਿੰਦੇ। ਆਮ ਕਰਕੇ ਜਿਹੜੇ ਪੇਸ਼ੈਂਟਸ ਦਾ ਸਕੈਨ ਨਹੀਂ ਹੋਇਆ ਹੁੰਦਾ ਜਾਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਐਕਟੋਪਿਕ ਪ੍ਰੈਗਨੈਂਸੀ ਹੈ, ਉਹਨਾਂ ਦੀ ਐਕਟੋਪਿਕ ਪ੍ਰੈਗਨੈਂਸੀ ਫਟਦੀ ਹੈ। ਪਰ ਜੇ IVF ਪ੍ਰੈਗਨੈਂਸੀ ਹੋਵੇ ਤਾਂ ਉਹ ਯੂਜੂਅਲੀ ਬਹੁਤ ਛੇਤੀ ਪਤਾ ਲੱਗ ਜਾਂਦਾ ਹੈ। ਬਹੁਤ ਛੇਤੀ ਪਤਾ ਲਗਾਉਣ ਦੇ 2 ਰੀਜ਼ਨ ਹੈ। ਇੱਕ ਤਾਂ ਅਸੀਂ ਸਕੈਨ ਕਰਨਾ ਹੀ ਕਰਨਾ ਹੁੰਦਾ ਹੈ, ਔਰ ਦੂਸਰਾ ਜਦੋਂ ਅਸੀਂ ਸਕੈਨ ਕਰਦੇ ਹਾਂ ਤਾਂ ਸਾਨੂੰ ਕਾਫੀ ਛੇਤੀ ਪਤਾ ਲੱਗ ਜਾਂਦਾ ਹੈ, ਕਿਉਂਕਿ ਮਸ਼ੀਨਾਂ ਦੀ ਅੱਜ ਕੱਲ੍ਹ ਰੈਜ਼ੋਲਿਊਸ਼ਨ ਬਹੁਤ ਜ਼ਿਆਦਾ ਹੈ ਅਤੇ ਐਕਟੋਪਿਕ ਦਾ ਬਹੁਤ ਅਰਲੀ ਡਾਇਗਨੋਸਿਸ ਹੋਣਾ ਕਾਈਂਡ ਆਫ ਹੁਣ ਨੋਰਮਲ ਹੀ ਹੋ ਗਿਆ ਹੈ। ਹੁਣ ਜੇ ਅਰਲੀ ਡਾਇਗਨੋਸਿਸ ਹੋ ਜਾਂਦਾ ਹੈ ਤਾਂ ਇਸ ਐਕਟੋਪਿਕ ਪ੍ਰੈਗਨੈਂਸੀ ਨੂੰ ਮੈਨੇਜ ਕਰਨ ਦੇ 2 ਤਰੀਕੇ ਹਨ। ਇੱਕ ਮੈਡੀਕਲ ਮੈਨੇਜਮੈਂਟ ਹੈ, ਇੱਕ ਸਰਜੀਕਲ ਮੈਨੇਜਮੈਂਟ ਹੈ। ਇਹਦੇ ਵਿੱਚ ਬਹੁਤ ਸਾਰੇ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਹੈ। ਜੇ ਤਾਂ ਕਿਸੇ ਨੂੰ ਪਹਿਲੀ ਵਾਰੀ ਹੀ ਐਕਟੋਪਿਕ ਹੋਈ ਹੈ ਔਰ ਇਸ ਐਕਟੋਪਿਕ ਦਾ ਸਾਈਜ਼ ਛੋਟਾ ਹੈ, ਬਲੱਡ ਵਿੱਚ BHCG ਦੀ ਵੈਲਿਊ ਕਾਫੀ ਘੱਟ ਹੈ ਅਤੇ ਪੇਸ਼ੈਂਟ ਨੂੰ ਕੋਈ ਬਹੁਤ ਜ਼ਿਆਦਾ ਸਿਮਟਮ ਨਹੀਂ ਹਨ, ਤਾਂ ਅਸੀਂ ਇਹਨੂੰ ਮੈਡੀਕਲੀ ਮੈਨੇਜ ਕਰਦੇ ਹਾਂ।
ਮੈਡੀਕਲੀ ਮੈਨੇਜ ਕਰਨ ਦਾ ਮਤਲਬ ਹੈ ਕਿ ਮੀਥੋਟ੍ਰੈਕਸੇਟ ਦੇ ਟੀਕੇ ਲੱਗਦੇ ਹਨ। ਇਹਦੇ ਵਿੱਚ ਬਹੁਤ ਸਾਰੇ ਪ੍ਰੋਟੋਕੋਲ ਹਨ, ਸਿੰਗਲ ਡੋਜ਼, ਮਲਟੀਪਲ ਡੋਜ਼। ਉਹ ਡਾਕਟਰ ਆਪਣੇ ਆਪ ਪੇਸ਼ੈਂਟ ਦੇਖ ਕੇ ਉਹਦਾ ਹਾਈਟ, ਵੇਟ ਅਤੇ ਬੋਡੀ ਮਾਸ ਇੰਡੈਕਸ ਦੇਖ ਕੇ ਡੋਜ਼ ਕੈਲਕੂਲੇਟ ਕਰ ਲੈਂਦੇ ਹਨ ਅਤੇ ਫਿਰ ਇੰਜੈਕਸ਼ਨ ਦਿੱਤਾ ਜਾਂਦਾ ਹੈ। ਇਹ ਜਿਹੜਾ ਇੰਜੈਕਸ਼ਨ ਹੈ ਇਹ ਇੱਕ ਤਰ੍ਹਾਂ ਦਾ ਕਹਿ ਲਓ ਐਂਟੀ ਕੈਂਸਰ ਡਰੱਗ ਹੈ, ਔਰ ਇਹ ਇਸ ਤੋਂ ਬਾਅਦ 3 ਮਹੀਨੇ ਤੱਕ ਅਸੀਂ ਪੇਸ਼ੈਂਟ ਨੂੰ ਹਦਾਇਤ ਦਿੰਦੇ ਹਾਂ ਕਿ ਉਹ ਦੁਬਾਰਾ ਪ੍ਰੈਗਨੈਂਸੀ ਨਾ ਕਰਨ, ਕਿਉਂਕਿ ਜੇ ਪ੍ਰੈਗਨੈਂਸੀ ਹੋ ਜਾਂਦੀ ਹੈ ਤਾਂ ਬੱਚੇ ਵਿੱਚ ਜਮਾਂਦਰੂ ਨੁਕਸ ਹੋਣ ਦਾ ਡਰ ਰਹਿੰਦਾ ਹੈ। ਉਸ ਤੋਂ ਇਲਾਵਾ ਮੀਥੋਟ੍ਰੈਕਸੇਟ ਦੇਣ ਤੋਂ ਪਹਿਲੇ ਅਸੀਂ ਲਿਵਰ, ਕਿਡਨੀ ਅਤੇ ਹੋਰ ਬਲੱਡ ਦੇ ਸਾਰੇ ਟੈਸਟ ਕਰਾਉਂਦੇ ਹਾਂ ਦੇਖਣ ਲਈ ਕਿ ਇਹ ਨੋਰਮਲ ਹਨ ਔਰ ਇਹ ਪੇਸ਼ੈਂਟ ਮੀਥੋਟ੍ਰੈਕਸੇਟ ਦੇ ਟੀਕੇ ਲਗਵਾਉਣ ਲਈ ਫਿੱਟ ਹੈ। ਉਸ ਤੋਂ ਇਲਾਵਾ ਇਹ ਜਿਹੜਾ ਮੀਥੋਟ੍ਰੈਕਸੇਟ ਦਾ ਟੀਕਾ ਹੈ, ਇਹਦੇ ਵਿੱਚ ਅਸੀਂ ਇੰਸਟਰਕਸ਼ਨਸ ਦਿੰਦੇ ਹਾਂ ਕਿ ਜੇ ਕੋਈ ਬੇਬੀ ਨੂੰ ਬ੍ਰੈਸਟ ਫੀਡ ਕਰ ਰਿਹਾ ਹੈ ਜਾਂ ਧੁੱਪ ਵਿੱਚ ਜਾਣਾ ਅਵੋਇਡ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਸਨਬਰਨ ਜਾਂ ਡਰਮੇਟਾਈਟਿਸ ਹੋਣ ਦਾ ਡਰ ਰਹਿੰਦਾ ਹੈ। ਇਹ ਪ੍ਰੀਕੋਸ਼ਨਸ ਲੈਣ ਨਾਲ ਮੀਥੋਟ੍ਰੈਕਸੇਟ ਇੱਕ ਕਾਫੀ ਸੇਫ ਆਪਸ਼ਨ ਹੈ, ਪਰ ਐਕਟੋਪਿਕ ਪ੍ਰੈਗਨੈਂਸੀ ਦਾ ਡਾਇਗਨੋਸਿਸ ਪੱਕਾ ਹੋਣਾ ਚਾਹੀਦਾ ਹੈ ਔਰ ਇਹਦੇ ਵਿੱਚ ਪੇਸ਼ੈਂਟ ਸਟੇਬਲ ਹੋਣਾ ਚਾਹੀਦਾ। ਸਟੇਬਲ ਹੋਣ ਦਾ ਮਤਲਬ ਹੈ ਕਿ ਬਲੱਡ ਪ੍ਰੈਸ਼ਰ ਜਾਂ ਪਲਸ ਰੇਟ ਵਗੈਰਾ 'ਤੇ ਪੇਸ਼ੈਂਟ ਦੇ ਕੋਈ ਇਫੈਕਟ ਨਹੀਂ ਹੈ। ਪਰ ਜੇ ਐਕਟੋਪਿਕ ਪ੍ਰੈਗਨੈਂਸੀ ਵੱਡੀ ਹੈ, ਇਹ ਲੇਟ ਡਾਇਗਨੋਸ ਹੋਈ ਹੈ, ਬਲੱਡ ਵਿੱਚ HCG ਦੀ ਮਾਤਰਾ ਕਾਫੀ ਜ਼ਿਆਦਾ ਹੈ, ਪੇਸ਼ੈਂਟ ਨੂੰ ਕਾਫੀ ਸਿਮਟਮ ਹਨ, ਜਾਂ ਜੇ ਉਹ ਅਨਸਟੇਬਲ ਹੈ ਤਾਂ ਇਹਦੇ ਵਿੱਚ ਸਰਜਰੀ ਕਰਨਾ ਪ੍ਰੈਫਰ ਕੀਤਾ ਜਾਂਦਾ ਹੈ। ਇੱਕ ਹੋਰ ਕਾਰਨ ਕਰਕੇ ਅਸੀਂ ਸਰਜਰੀ ਕਰਨਾ ਪ੍ਰੈਫਰ ਕਰਦੇ ਹਾਂ ਕਿ ਜੇ ਕਿਸੇ ਪੇਸ਼ੈਂਟ ਨੂੰ ਇੱਕ ਵਾਰ ਇੱਕ ਟਿਊਬ ਵਿੱਚ ਪ੍ਰੈਗਨੈਂਸੀ ਹੋਈ ਸੀਗੀ, ਉਹ ਟਿਊਬ ਕੱਢੀ ਗਈ, ਹੁਣ ਦੁਬਾਰਾ ਪ੍ਰੈਗਨੈਂਸੀ ਹੋਈ, ਉਹ ਵੀ ਇੱਕ ਟੌਪਿਕ ਹੋ ਗਈ, ਤਾਂ ਅਸੀਂ ਕਾਫੀ ਜ਼ਿਆਦਾ ਸਲਾਹ ਦਿੰਦੇ ਹਾਂ ਕਿ ਦੂਜੀ ਟਿਊਬ ਵੀ ਕਟਾ ਦਿਉ, ਕਿਉਂਕਿ ਇਹ ਟਿਊਬ ਹੁਣ ਖਤਰੇ ਦਾ ਕਾਰਨ ਬਣ ਸਕਦਾ ਹੈ। ਜਦੋਂ ਵੀ ਪੇਸ਼ੈਂਟ ਨੂੰ ਪ੍ਰੈਗਨੈਂਸੀ ਹੋਏਗੀ ਉਹਨੂੰ ਖਤਰਾ ਰਹੇਗਾ ਕਿ ਉਹਨੂੰ ਟਿਊਬ ਵਿੱਚ ਪ੍ਰੈਗਨੈਂਸੀ ਹੋ ਸਕਦੀ ਹੈ। ਦੂਸਰਾ, ਜਿਹਨੂੰ ਇੱਕ ਟਿਊਬ ਵਿੱਚ ਇੱਕ ਵਾਰ ਐਕਟੋਪਿਕ ਪ੍ਰੈਗਨੈਂਸੀ ਹੋ ਗਈ ਹੈ, ਉਹਨੂੰ ਦੂਸਰੀ ਪ੍ਰੈਗਨੈਂਸੀ ਹੋਣ 'ਤੇ 4-6 ਹਫ਼ਤੇ 'ਤੇ ਬਹੁਤ ਜ਼ਿਆਦਾ ਵਿਜੀਲੈਂਟ ਰਹਿਣਾ ਚਾਹੀਦਾ ਕਿ ਕਿਤੇ ਦੁਬਾਰਾ ਐਕਟੋਪਿਕ ਪ੍ਰੈਗਨੈਂਸੀ ਨਾ ਹੋ ਗਈ ਹੋਵੇ। ਹੁਣ ਅਗੇਨ ਜਿਹੜੀ ਐਕਟੋਪਿਕ ਪ੍ਰੈਗਨੈਂਸੀ ਹੋ ਗਈ ਹੈ ਉਹਦੀ ਸਰਜਰੀ ਹੋਣੀ ਹੈ ਤਾਂ ਇਹ ਦੂਰਬੀਨ ਦੁਆਰਾ ਹੀ ਹੋਣੀ ਚਾਹੀਦੀ ਹੈ, ਇਹਨੂੰ ਇੱਕ ਐਕਸਪਰਟ ਲੈਪਰੋਸਕੋਪਿਕ ਸਰਜਨ ਦੇ ਹੱਥ ਤੋਂ ਹੀ ਹੋਣਾ ਚਾਹੀਦਾ ਹੈ। ਇਹਦਾ ਰੀਜ਼ਨ ਇਹ ਹੈ ਕਿ ਜਦੋਂ ਅਸੀਂ ਟਿਊਬ ਕੱਟਦੇ ਹਾਂ ਤਾਂ ਅਸੀਂ ਓਵਰੀ ਤੋਂ ਕਾਫੀ ਦੂਰ ਰਹਿ ਕੇ ਕੱਟਦੇ ਹਾਂ ਤਾਂ ਕਿ ਓਵੇਰੀਅਨ ਬਲੱਡ ਸਪਲਾਈ ਜਿਹੜੀ ਹੈਗੀ ਉਹ ਨਾ ਹੈਂਪਰ ਹੋਵੇ। ਜੇ ਓਵਰੀ ਦੀ ਬਲੱਡ ਸਪਲਾਈ ਹੈਂਪਰ ਹੋਏਗੀ ਤਾਂ ਬਾਅਦ ਵਿੱਚ ਜਿਹੜੀ ਅੰਡੇਦਾਨੀ ਦੇ ਵਿੱਚ ਵੀ ਜਿਹੜੀ ਹੈਗੀ ਬਲੱਡ ਫਲੋ ਘਟਣ ਨਾਲ ਕਈ ਵਾਰੀ ਉਹ ਸ਼੍ਰਿੰਕ ਹੋ ਜਾਂਦੀ ਹੈ, ਜਿਹੜਾ ਪੇਸ਼ੈਂਟ ਦੀ ਫਿਊਚਰ ਫਰਟੀਲਿਟੀ ਲਈ ਵਧੀਆ ਨਹੀਂ ਹੈ। ਇਸ ਕਰਕੇ ਇੱਕ ਐਕਸਪਰਟ ਸਰਜਨ ਦੇ ਹੱਥ ਤੋਂ ਹੀ ਇਹ ਸਰਜਰੀ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਅਸੀਂ ਇਹ ਸਮਝਣਾ ਹੈ ਕਿ ਇੱਕ ਵਾਰ ਐਕਟੋਪਿਕ ਪ੍ਰੈਗਨੈਂਸੀ ਹੋ ਗਈ ਅਤੇ ਉਸ ਦੌਰਾਨ ਦੂਸਰੀ ਜਿਹੜੀ ਟਿਊਬ ਹੈਗੀ ਹੈ ਉਹਦੇ ਵਿੱਚ ਐਕਟੋਪਿਕ ਪ੍ਰੈਗਨੈਂਸੀ ਹੋਣ ਦਾ ਡਰ ਹੈ ਜਾਂ ਨਹੀਂ ਹੈ, ਕਿ ਇਹ ਸਰਜਰੀ ਦੇ ਰਾਹੀਂ ਹੀ ਪਤਾ ਲੱਗ ਸਕਦਾ ਹੈ। ਜਿੱਦਾਂ ਜਦੋਂ ਇੱਕ ਵਾਰ ਐਕਟੋਪਿਕ ਪ੍ਰੈਗਨੈਂਸੀ ਹੋਈ, ਟਿਊਬ ਨਿਕਲ ਗਈ ਅਤੇ ਫਿਰ ਜਦੋਂ ਦੂਸਰੀ ਟਿਊਬ ਉਸ ਵੇਲੇ ਦੇਖਦੇ ਹਾਂ ਤਾਂ ਉਹ ਸਹੀ ਲੱਗਦੀ ਹੈ, ਪਰ ਬਾਹਰੋਂ ਦੇਖਣ ਨਾਲ ਜਿਹੜੀ ਉਹਦਾ ਪੱਕਾ ਪਤਾ ਨਹੀਂ ਲੱਗ ਸਕਦਾ ਕਿ ਟਿਊਬ ਦੇ ਅੰਦਰ ਕੀ ਚੱਲ ਰਿਹਾ ਹੈ ਜਾਂ ਦੁਬਾਰਾ ਐਕਟੋਪਿਕ ਪ੍ਰੈਗਨੈਂਸੀ ਹੋਣ ਦਾ ਡਰ ਹੈ ਜਾਂ ਨਹੀਂ ਹੈ। ਬਹੁਤ ਪੇਸ਼ੈਂਟ ਕਈ ਵਾਰੀ ਬਹੁਤ ਜ਼ਿਆਦਾ ਚਾਹੁੰਦੇ ਹੁੰਦੇ ਹੈ ਕਿ ਸਾਡੇ ਟਿਊਬ ਬਚਾ ਲਈ ਜਾਏ, ਕਿਉਂਕਿ ਅਸੀਂ ਦੁਬਾਰਾ ਜਿਹੜੀ ਹੈਗੀ ਹੈ ਪ੍ਰੈਗਨੈਂਸੀ IVF ਡਿਪੈਂਡੈਂਟ ਹੋ ਜਾਏਗੀ, ਟਿਊਬਾਂ ਦੇ ਦੋਨੋਂ ਕੱਟ ਦਿੱਤੀਆਂ ਜਾਣ ਤਾਂ ਦੁਬਾਰਾ ਕਦੇ IVF ਤੋਂ ਬਿਨਾਂ ਪ੍ਰੈਗਨੈਂਸੀ ਨਹੀਂ ਹੋ ਸਕਦੀ। ਇਹਦੇ ਵਿੱਚ ਡਾਕਟਰ ਦੀ ਚਾਹਤ ਜਾਂ ਪੇਸ਼ੈਂਟ ਦੀ ਚਾਹਤ ਦਾ ਕੋਈ ਖਾਸ ਰੋਲ ਨਹੀਂ ਹੈ। ਇਹਦੇ ਵਿੱਚ ਇਹ ਦੇਖਣਾ ਜ਼ਰੂਰੀ ਹੈ ਕਿ ਕੀ ਇਸ ਵੇਲੇ ਜ਼ਰੂਰੀ ਹੈ। ਪੇਸ਼ੈਂਟ ਦੀ ਜਾਨ ਤੋਂ ਜ਼ਿਆਦਾ ਜ਼ਰੂਰੀ ਟਿਊਬਾਂ ਨਹੀਂ ਹਨ, ਇਸ ਕਰਕੇ ਜੇ ਲਾਈਫ ਨੂੰ ਰਿਸਕ ਹੋ ਰਿਹਾ ਹੋਵੇ, ਟਿਊਬ ਦੇ ਫਟਣ ਦਾ ਕਾਫੀ ਰਿਸਕ ਹੋਵੇ, ਤਾਂ ਇਸ ਤਰ੍ਹਾਂ ਦੀ ਵਿਚਾਰਧਾਰਾ ਵਧੀਆ ਨਹੀਂ ਹੈ, ਕਿਉਂਕਿ ਜੇ ਸਾਇੰਸ ਨੇ ਇੰਨੀ ਤਰੱਕੀ ਕੀਤੀ ਹੈ, ਅਸੀਂ ਟਿਊਬਾਂ ਦਾ ਕੰਮ ਬਾਹਰ ਕਰ ਸਕਦੇ ਹਾਂ, ਤਾਂ ਉਸ ਚੀਜ਼ ਦਾ ਲਾਭ ਲੈਣਾ ਚਾਹੀਦਾ ਹੈ ਔਰ ਆਪਣੀ ਜਾਨ 'ਤੇ ਇਸ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੀਦਾ। ਦੂਸਰੀ ਗੱਲ ਇਹ ਹੈ, ਕਈ ਵਾਰੀ ਟਿਊਬ ਫਟੀ ਹੁੰਦੀ ਹੈ ਪਰ ਇੱਕਦਮ ਜਾਨਲੇਵਾ ਨਹੀਂ ਹੁੰਦੀ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਪੇਟ ਵਿੱਚ ਕਾਫੀ ਹੱਦ ਤੱਕ ਬਲੱਡ ਕਲੈਕਸ਼ਨ ਹੋਈ ਹੁੰਦੀ ਹੈ। ਜੇ ਅਸੀਂ ਸਰਜਰੀ ਨਹੀਂ ਕਰਦੇ ਤਾਂ ਉਹ ਬਲੱਡ ਜਿਹੜਾ ਅੰਦਰ ਪਿਆ ਹੁੰਦਾ ਉਹ ਸਾਰਾ ਸਰੀਰ ਆਪਸ ਵਿੱਚ ਜੋੜ ਲੈਂਦਾ ਅਤੇ ਹੌਲੀ ਹੌਲੀ ਕਰਕੇ ਪੇਸ਼ੈਂਟ ਨੂੰ ਪੇਟ ਵਿੱਚ ਸਿਮਟਮਸ ਆਉਣੇ ਸ਼ੁਰੂ ਹੁੰਦੇ ਹਨ। ਸਰਜਰੀ ਨਾਲ ਪੇਟ ਦੀ ਕਾਫੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ ਔਰ ਉਹ ਪੇਸ਼ੈਂਟ ਦੀ ਫਿਊਚਰ ਫਰਟੀਲਿਟੀ ਲਈ ਕਾਫੀ ਵਧੀਆ ਹੁੰਦਾ ਹੈ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਇੱਕ ਐਕਸਪਰਟ ਜਿਹੜਾ ਹੈਗਾ ਉਹਦੀ ਸਲਾਹ ਨਾਲ ਜੇ ਅੱਗੇ ਚੱਲਿਆ ਜਾਏ ਤਾਂ ਕਾਫੀ ਜਿਹੜੀ ਸੇਫਟੀ ਨਾਲ ਪਲੇ ਕੀਤਾ ਜਾ ਸਕਦਾ ਹੈ। ਪੇਸ਼ੈਂਟ ਦੀ ਨੈਚੁਰਲ ਫਰਟੀਲਿਟੀ ਵੀ ਬਚਾਈ ਜਾ ਸਕਦੀ ਹੈ, ਜਾਨ ਵੀ ਬਚਾਈ ਜਾ ਸਕਦੀ ਹੈ, ਕਿਉਂਕਿ ਇਹ ਇੱਕ ਤਰ੍ਹਾਂ ਦੀ ਜਾਨਲੇਵਾ ਪ੍ਰੋਬਲਮ ਹੈ ਜੇ ਇਹ ਟਾਈਮਲੀ ਡਾਇਗਨੋਸ ਨਾ ਕੀਤੀ ਜਾਏ ਤਾਂ ਇਹਨੂੰ ਲਾਈਟਲੀ ਲਿਆ ਜਾਏ ਔਰ ਇੱਕ ਵਧੀਆ ਸਕੈਨਿੰਗ ਕਰਨ ਨਾਲ ਇਹਨੂੰ ਕਾਫੀ ਹੱਦ ਤੱਕ ਅਸੀਂ ਲੱਭ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।